ਵੱਡੀ ਸਾਜ਼ਿਸ਼ ਤਾਂ ਮੈਨੂੰ ਅੱਜ ਸਮਝ ਆਈ ਜਦ ਦਿਗਵਿਜੇ ਸਿੰਘ ਦਾ ਟਵੀਟ ਸਵੇਰੇ ਪੜ੍ਹਨ ਨੂੰ ਮਿਲਿਆ ਜਿਸ ਕਾਂਗਰਸ ਪਾਰਟੀ ਦੇ 84 ਚ ਸਮੂਹ ਸਿੱਖ ਸਮਾਜ ਨੂੰ ਇੱਕ ਆਤੰਕਵਾਦ ਦਾ ਕਲੰਕ ਉਹਨਾਂ ਦੇ ਸਿਰ ਤੇ ਮੜਤਾ ਸੀਗਾ 2012 ਚ ਇਹ ਰਾਹੁਲ ਗਾਂਧੀ ਨੇ ਇੱਥੇ ਆ ਕੇ ਪੰਜਾਬੀਆਂ ਨੂੰ 70% ਨਸ਼ੇੜੀ ਕਹਿ ਕੇ ਸਾਡੇ ਨੌਜਵਾਨ ਪੀੜ੍ਹੀ ਨੂੰ ਦੁਨੀਆ 'ਚ ਬਦਨਾਮ ਕਰਤਾ ਸੀਗਾ ਅੱਜ ਉਸ ਰਾਹੁਲ ਗਾਂਧੀ ਦਾ ਐਡਵਾਈਜ਼ਰ ਦਿਗਵਿਜੇ ਸਿੰਘ ਇੱਕ ਵਾਰ ਫਿਰ ਜਿਹੜਾ ਟੈਂਕਾ ਤੋਪਾਂ ਨਾਲ ਹਮਲੇ ਰਾਹੁਲ ਗਾਂਧੀ ਨੇ ਦਾਦੀ ਨੇ ਕਰਾਏ ਸੀਗੇ 84 'ਚ ਸਾਡੇ ਦਰਬਾਰ ਸਾਹਿਬ 'ਚ ਅੱਜ ਰਾਹੁਲ ਗਾਂਧੀ ਦਾ ਐਡਵਾਈਜ਼ਰ ਸ਼ਬਦਾਂ ਦੇ ਨਾਲ ਇੱਕ ਵਾਰ ਫਿਰ ਹਮਲਾ ਕਰਕੇ ਸਾਡੇ ਧਾਰਮਿਕ ਸਥਾਨਾਂ ਨੂੰ ਕਲੰਕਿਤ ਕਰਨ ਦਾ ਕੰਮ ਉਹਨਾਂ ਨੇ ਕੀਤਾ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਨੂੰ ਟੈਟੇਰੀ ਕਰਨ ਵਾਲੀ ਕਾਂਗਰਸ ਸਰਕਾਰ ਆਖਰ ਰਾਹੁਲ ਗਾਂਧੀ ਦੇ ਵਿਸ਼ੇਸ਼ ਸਲਾਹਕਾਰ ਦਿਗਵਿਜੇ ਸਿੰਘ ਨੇ ਹੁਣ ਅਜਿਹਾ ਕਿਹੜਾ ਟਵੀਟ ਕੀਤਾ ਜਿਸ ਨਾਲ ਸਿਆਸਤ ਭੱਗ ਗਈ ਅਤੇ ਹਰਸਿਮਰਤ ਕੌਰ ਬਾਦਲ ਉਸ ਤੇ ਭੜਕ ਉੱਠੀ ਇੱਕ ਪਾਸੇ ਪੂਰੇ ਮੁਲਕ ਨੂੰ ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਦੀ ਘਾਤਕ ਬਿਮਾਰੀ ਨੇ ਘੇਰਿਆ ਹੋਇਆ ਹੈ ਪਰ ਦੂਸਰੇ ਪਾਸੇ ਇਹ ਸਿਆਸਤਦਾਨ ਨੇ जो अपनियां सियासतियां कोचियां चाला चलनों बाज नहीं आ रहे ते जिन्हां ने सेवा करनी है ओ तनो मनो तनो सेवा विच जुटे हुए ने जो सिर्फ बाबे नानक दे दूत बन के सेवा कर रहे ने जिन्हां नूं अजिही घटिया सियासत तों अते सियासतदानां तों दूर दूर तक कोई मतलब नहीं आज कांग्रेस दे सीनियर आगू कैप्टन साहब दे बहुत ही नजदीकी मित्र राहुल गांधी दे एडवाइजर ਸਾਬਕਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਟਵੀਟ ਕਰਕੇ ਜਿਹੜੇ ਪੰਜਾਬ ਤੇ ਪੰਜਾਬੀਆਂ ਨੂੰ ਸਾਡੇ ਸ਼ਰਧਾਲੂਆਂ ਨੂੰ ਤੇ ਸਾਡੇ ਧਾਰਮਿਕ ਸਥਾਨਾਂ ਨੂੰ ਕਲੰਕਿਤ ਕਰਨ ਵਾਲੀ ਸ਼ਬਦਾਵਲੀ ਇਸਤੇਮਾਲ ਕੀਤੀ ਜਿਹਦੇ ਨਾਲ ਹਰੇਕ ਸਿੱਖ ਦੇ ਦਿਲ ਨੂੰ ਠੇਸ ਹੀ ਨਹੀਂ ਪਹੁੰਚਿਆ ਲੇਕਿਨ ਮੈਂ ਸਮਝਦੀ ਹਾਂ ਕਿ ਇਹ ਕਾਂਗਰਸ ਦੀ ਇੱਕ ਹੋਰ ਸਾਜ਼ਿਸ਼ ਪਹਿਲੇ ਮੈਂ ਸਮਝਦੀ ਸੀ ਕਿ ਇਹ ਕੱਲੀ ਕੈਪਟਨ ਸਾਹਿਬ ਦੀ ਇੱਕ ਰੇਸ ਸੀਗੀ ਕਿ ਅਕਾਲੀ ਦਲ ਨੇ ਕੋਸ਼ਿਸ਼ਾਂ ਸਦਕਾ ਜਿਹੜੇ ਸਾਡੇ ਯਾਤਰੀ ਉੱਥੇ ਫਸੇ ਹੋਏ ਸੀਗੇ ਹਜ਼ੂਰ ਸਾਹਿਬ 'ਚ ਜਿਨ੍ਹਾਂ ਦੀ ਅਪੀਲ ਨੂੰ ਪ੍ਰਵਾਨ ਕਰਦੇ ਹੋਏ ਭੱਜ ਨੱਠ ਕਰਕੇ ਅਸੀਂ ਮਨਜ਼ੂਰੀ ਦਿਲਵਾਈ ਕਿ ਉਹ ਬਾਬਾ ਹੀ ਲੁੱਟਣ ਵਾਸਤੇ ਇਹਨਾਂ ਦੀ ਭੱਜ ਨੱਠ ਸੀਗੀ ਨਾ ਕਿ ਇਹਨਾਂ ਦਾ ਧਿਆਨ ਉਹਨਾਂ ਦੇ ਵਾਪਸੀ 'ਚ ਤਿਆਰੀਆਂ ਵੱਲ ਉਹਨਾਂ ਦੀ ਟੈਸਟਿੰਗ ਵੱਲ ਧਿਆਨ ਜਿਹੜਾ ਹੋਣਾ ਸੀਗਾ ਉਹਦੇ ਵੱਲ ਛੱਡ ਕੇ ਇਹ ਬਾਬਾ ਹੀ ਲੁੱਟਣ 'ਚ ਰੇਸ 'ਚ ਆ ਗਏ ਕਿ ਅਸੀਂ ਬੱਸਾਂ ਪਹਿਲੇ ਭੇਜੀਏ ਲੇਕਿਨ ਉਹਨਾਂ ਦੇ ਆਉਣ ਦੇ ਬਾਅਦ ਜਿਸ ਤਰ੍ਹਾਂ ਉਹਨਾਂ ਦੇ ਨਾਲ ਵਿਵਹਾਰ ਕੀਤਾ ਗਿਆ ਅੱਜ ਸਾਰਿਆਂ ਦੇ ਸਾਹਮਣੇ ਹੈਗਾ ਕਿ ਸਾਰੇ ICMR ਦੇ ਪ੍ਰੋਟੋਕਾਲ ਦੀ ਧੱਜੀਆਂ ਮੰਨਦੇ ਹੋਏ ਨਾ ਕੋਈ ਟੈਸਟਿੰਗ ਕੀਤਾ ਨਾ ਆਈਸੋਲੇਸ਼ਨ ਦੇ ਸੈਂਟਰ 'ਚ ਤਿਆਰੀਆਂ ਨਾ ਉਹਨਾਂ ਦੇ ਖਾਣ ਪੀਣ ਦਾ 30 ਘੰਟੇ ਦਾ ਲੰਬਾ ਸਫ਼ਰ ਬਜ਼ੁਰਗ ਬੱਚਿਆਂ ਦੇ ਨਾਲ ਨਾ ਰਸਤੇ 'ਚ ਕਿੱਥੇ ਰੁਕਣਾ ਹੈ ਕੀ ਕਰਨਾ ਹੈਗਾ ਕੌਣ ਉਹਨਾਂ ਬੱਸਾਂ 'ਚ ਬੈਠ ਕੇ ਲੇਬਰ ਨਾਲ ਆ ਰਹੀ ਸੀ ਕਿ ਇਕੱਲੇ ਯਾਤਰੀ ਹੈ ਕੁਛ ਵੀ ਨਹੀਂ ਪਤਾ ਤੇ ਅੱਜ ਜਿਹੜੇ ਹਾਲਾਤ ਪੈਦਾ ਹੋਏ ਨੇ ਅੱਜ ਇਹਨਾਂ ਹਾਲਾਤਾਂ 'ਚ ਜਿਸ ਪੂਰੇ ਤਰੀਕੇ ਨਾਲ ਨਾਕਾਮ ਅਟਲ ਫੇਲੀਅਰ ਕਾਂਗਰਸ ਸਰਕਾਰ ਤੇ ਕੈਪਟਨ ਸਾਹਿਬ ਦਾ ਹੋਇਆ ਹੈ ਤੇ ਉਹਨਾਂ ਦੇ ਜਦ ਮੰਤਰੀ ਬਿਆਨ ਦਿੰਦੇ ਨੇ ਕਿ ਇਹਨਾਂ ਨੇ ਆ ਕੇ ਇੱਥੇ ਸ਼ਰਧਾਲੂਆਂ ਨੇ ਕੀਤੇ ਕਿਰਾਏ 'ਚ ਪੰਜਾਬ ਦੀ ਮਿਹਨਤ 'ਚ ਪਾਣੀ ਫੇਰਦਾ ਮੈਂ ਕਹਿੰਦੀ ਪੰਜਾਬ ਸਰਕਾਰ ਨੇ ਪੰਜਾਬ ਤੇ ਸਿੱਖਾਂ ਦੇ ਨਾਂ ਤੇ ਪਾਣੀ ਫੇਰਨ ਦਾ ਕੰਮ ਤੁਸੀਂ ਰਲ ਮਿਲ ਕੇ ਆਪਣੇ ਲੀਡਰਾਂ ਦੇ ਸਾਹਮਣੇ ਕੀਤਾ ਹੈ ਕਿੰਨੀ ਵੱਡੀ ਸਾਜ਼ਿਸ਼ ਤਾਂ ਮੈਨੂੰ ਅੱਜ ਸਮਝ ਆਈ ਜਦ ਦਿਗਵਿਜੇ ਸਿੰਘ ਦਾ ਟਵੀਟ ਸਵੇਰੇ ਪੜ੍ਹਨ ਨੂੰ ਮਿਲਿਆ ਜਿਸ ਕਾਂਗਰਸ ਪਾਰਟੀ ਨੇ 84 'ਚ ਸਮੂਹ ਸਿੱਖ ਸਮਾਜ ਨੂੰ ਇੱਕ ਆਤੰਕਵਾਦ ਦਾ ਕਲੰਕ ਉਹਨਾਂ ਦੇ ਸਿਰ ਤੇ ਮੜਤਾ ਸੀਗਾ 2012 'ਚ ਇਹ ਰਾਹੁਲ ਗਾਂਧੀ ਨੇ ਇੱਥੇ ਆ ਕੇ ਪੰਜਾਬੀਆਂ ਨੂੰ 70% ਨਸ਼ੇੜੀ ਕਹਿ ਕੇ ਸਾਡੇ ਨੌਜਵਾਨ ਪੀੜ੍ਹੀ ਨੂੰ ਦੁਨੀਆ 'ਚ ਬਦਨਾਮ ਕਰਤਾ ਸੀਗਾ ਅੱਜ ਉਸ ਰਾਹੁਲ ਗਾਂਧੀ ਦਾ ਐਡਵਾਈਜ਼ਰ ਦਿਗਵਿਜੇ ਸਿੰਘ ਇੱਕ ਵਾਰ ਫਿਰ ਜਿਹੜਾ ਟੈਂਕਾ ਤੋਪਾਂ ਨਾਲ ਹਮਲੇ ਰਾਹੁਲ ਗਾਂਧੀ ਨੇ ਦਾਦੀ ਨੇ ਕਰਾਏ ਸੀਗੇ 84 'ਚ ਸਾਡੇ ਦਰਬਾਰ ਸਾਹਿਬ 'ਚ ਅੱਜ ਰਾਹੁਲ ਗਾਂਧੀ ਦਾ ਐਡਵਾਈਜ਼ਰ ਸ਼ਬਦਾਂ ਦੇ ਨਾਲ ਇੱਕ ਵਾਰ ਫਿਰ ਹਮਲਾ ਕਰਕੇ ਸਾਡੇ ਧਾਰਮਿਕ ਸਥਾਨਾਂ ਨੂੰ ਕਲੰਕਿਤ ਕਰਨ ਦਾ ਕੰਮ ਉਹਨਾਂ ਨੇ ਕੀਤਾ ਇਹ ਇਸ ਕਾਂਗਰਸ ਦੀ ਮਾਨਸਿਕਤਾ ਇੱਕ ਵਾਰ ਫਿਰ ਦਰਸਾਉਂਦਾ ਹੈ ਤੇ ਇਸ ਤੋਂ ਵੀ ਵੱਡੀ ਸ਼ਰਮ ਦੀ ਗੱਲ ਆ ਦਰਸਾਉਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ 'ਤੇ ਜਿਹੜੀ ਚੁੱਪੀ ਹੈ ਕਾਂਗਰਸੀਆਂ ਜਿਹੜੀ ਚੁੱਪੀ ਧਾਰੀ ਬੈਠੇ ਨੇ ਤੇ ਰਾਹੁਲ ਗਾਂਧੀ ਜਿਹੜੀ ਚੁੱਪੀ ਧਾਰ ਕੇ ਜਿਨ੍ਹਾਂ ਨੇ ਨਾ ਇੱਕ ਸ਼ਬਦ ਕਿਹਾ ਤੇ ਨਾ ਕੈਪਟਨ ਸਾਹਿਬ ਨੇ ਦਿਗਵਿਜੇ ਸਿੰਘ ਤੋਂ ਮਾਫੀ ਮੰਗਣ ਨੂੰ ਕਿਹਾ ਤੇ ਨਾ ਹੀ ਰਾਹੁਲ ਗਾਂਧੀ ਨੂੰ ਇਹਨਾਂ ਨੂੰ ਆਪਣੇ ਸ਼ਬਦਾਂ ਨੂੰ ਵਾਪਸ ਲੈਣ ਨੂੰ ਕਿਹਾ ਜਿਹੜੇ ਸਿੱਖਾਂ ਦੇ ਧਾਰਮਿਕ ਸਥਾਨਾਂ ਤੋਂ ਤੇ ਸ਼ਰਧਾਲੂਆਂ ਨੂੰ ਕਲੰਕਿਤ ਕਰਦੇ ਨੇ ਤੇ ਇਹਨਾਂ ਦੀ ਟੈਂਕਾ ਤੋਪਾਂ ਦਾ ਇਤਿਹਾਸ ਅਜੇ ਕੋਈ ਸਿੱਖ ਭੁੱਲਿਆ ਨਹੀਂ ਤੇ ਇੱਕ ਵਾਰ ਫਿਰ ਕੈਪਟਨ ਸਾਹਿਬ ਇਸ ਕਾਂਗਰਸ ਪਾਰਟੀ ਦਾ ਐਂਟੀ ਸਿੱਖ ਵਿਰੋਧੀ ਜਿਹੜੀ ਇਹਨਾਂ ਦੀ ਮਾਨਸਿਕਤਾ ਹੈ
आज एक बार फिर उभर के देश ते दुनिया दे सामने सिखां दे सामने आई है। वाहेगुरु जी का खालसा, वाहेगुरु जी की फतेह जी। संगत जी, जिमें कि कल फेसबुक लाइव दे विच तुहानू इनफॉर्म किया सी, जिहड़ी लंगर की सेवा शुरू की सी, जिहड़े श्रद्धालु ने श्री हजूर साहिब तो वापस पंजाब अपनी धरती ते आए सी, उन्हां दे लई गुरदासपुर जिले दे विच जिन्हें भी आइसोलेशन सेंटर्स ने उन्हां ते जिन्हें श्रद्धालु ने उन्हां लई असी सेवा शुरू की सी। कल पहला दिन सी, सो अज दूजे दिन का जिहड़ा कार्य शुरू किया है लंगर का, तो ये जिहड़ा लंगर हैगा ये लंच ते डिनर दो टाइम का लंगर हैगा जिहड़ा जाएगा। लंच रेडी हो रहा, आप जी देख सकते हैं लंगर तैयार करते हैं, पैकिंग करते हैं। सोशल डिस्टेंसिंग का, सेफ्टी का खास ध्यान रखा जा रहा। अच लंगर दे विच चावल, दही, दाल दे नाल सलाद ते प्रशादे जिहड़े पैक किए जा रहे ने। इत्थों दी पैकिंग हो के ये डिफरेंट जिहड़े आइसोलेशन सेंटर्स ने गुरदासपुर जिले दे विच आ रहे ने, ये उन्हां तक पहुँचाए जाणगे। जिवें कि बटाला दे विच रैन सवेरा ऑफिस हैगा, गर्ल्स होस्टल हैगा RR बाबा कॉलेज, बेरिंग्स कॉलेज हैगा जलंधर रोड नियर फायर स्टेशन दे, फिर RD खोसला स्कूल, राधा स्वामी सत्संग भवन जलंधर रोड, तो गुरदासपुर दे विच निशाने सिखी इंटरनेशनल स्कूल घल्लूकारा साहिब, सिविल हॉस्पिटल गुरदासपुर, तो मेरीटोरियस स्कूल गुरदासपुर, तो इस तो बाद तीसरा कलानौर जोरावर पब्लिक स्कूल। सो ये डिफरेंट 8 स्टेशनस ने जी, जिथे कि यह लंगर जो संगत के सहयोग के नाल तैयार किया गया ये उत्थे पहुँचाया जाएगा वो श्रद्धालुओं को जिन्हों आइसोलेट किया हो, जिहड़े कि पंजाब की धरती दे विच पिछले 3-4 दिन तो वापस आए ने। आप जी देख सकते जी लंगर तैयार करदे आ, हाइजीन दा ते सेफ्टी दा पूरा ध्यान रखा जा रहा, तां वी कोई भी वलंटीयर जां कोई भी सेवादार किसी तरीके कोई प्रॉब्लम दे विच ना होवे। ये लंच रेडी हो रहा, लंच तो बाद शाम नूं डिनर जिहड़ा हैगा सेम इस तरीके दे नाल प्रिपेयर किया जाएगा, तो वह लंगर जिहड़ा हैगा शाम नूं 7 to 8 बजे दे विच इन्हां सेंटरां दे विच पहुँचाया जाएगा। आप जी ने एक बारी फिर तो दस दें जी, खालसा एड एडमिनिस्ट्रेशन दे नाल मिल के गुरदासपुर ज़िले दे विच अलग अलग स्टेशन जिहड़े कि आइसोलेट सेंटर्स बनाए ने, उन्हां दे विच जिन्नी देर तक सेंटर्स हैगे ने दो टाइम का जिहड़ा लंगर हैगा वह खालसा एड नूं सेवा सौंपी गई है, जिहदे विच लंच ते डिनर होवेगा। और जिन्नी देर तक वह सेंटर हैगे ने तद तक यह लंगर चलेगा आप जी संगत के सहयोग के नाल। एक कम्यूनिटी किचन असी सैटअप की है जी बटाले दे विच, इस किचन नू भी असी दिन दे विच 3 वार सैनिटाइज करते हैं ताकि किसी भी तरह की इनफेक्शन तो बचा जा सके। तो इस पूरे एरिया दे विच किसी नू भी आन की मनाही है, सिर्फ वलंटीयर्स जिहड़े रजिस्टर्ड वलंटीयर्स ने उही इस एरिए दे विच एंटर हो सकते हैं।
आप जी देख सकते हैं जी। नाल पैकिंग होके ये हमने डिस्पैच दे विच थोड़े समय दे विच निकल जाएंगे सेंटर्स दे विच, जिवें जिवें पैकिंग पूरी होंदी जाएगी उस हिसाब नाल सेंटर्स दे विच पहुँच जाएंगे। श्रद्धालु जिहड़े आए हुए ने श्री हजूर साहिब तो उन्होंने नाल नाल जिहड़ा एडमिनिस्ट्रेशन का स्टाफ है तो पुलिस प्रशासन है जिहड़ा ड्यूटी ते है उन्होंने वीरां लई भी सारयां दे लई इह लंगर नाल उत्थे पहुँचेगा। मैं एक बार फिर तो रिपीट करता जी, टोटल अज 8 स्टेशनस के उत्ते लंगर जाएगा। बटाला दे विच 4 स्टेशनस ने जिन्हां दे विच रहण बसेरा ऑफिस है बटाले का, आर आर बाबा कॉलेज दे विच गर्ल्स होस्टल है, बेरिंग होस्टल है जलंधर रोड नियर फायर स्टेशन, आर डी खोसला स्कूल राधा स्वामी सत्संग भवन जलंधर रोड, उस तो गुरदासपुर जिले के दो ने निशाने सिखी इंटरनेशनल स्कूल घल्लूकारा साहिब सिविल होस्पिटल तो मैरीटोरियल स्कूल, उस तो कलानौर के जोरावर पब्लिक स्कूल। सो ये डिफरेंट स्टेशन ने जिन्हें तक अज यह लंगर पहुँचाया जा रहा। सो लगभग यह 500 to 550 संगत का लंगर है जी। ये जी आप जी का लंगर जी आप तक ही पहुँचाया जा रहा क्योंकि जोड़े श्रद्धालु भी ने वो भी संगत ही ने। सो जिथे भी जरूरत है वो ये लंगर जोड़ा उत्थे तक पहुँचाया जाएगा। वाहेगुरु जी का खालसा वाहेगुरु जी की फतेह। ब्यूरो रिपोर्ट गुरबाणी अखंड बाणी वाहेगुरु जी का खालसा वाहेगुरु जी की फतेह। सिख धर्म की हर गतिविधि गुरबाणी वास्ते हुने सब्सक्राइब करो गुरबाणी अखंड बाणी, नोटिफिकेशन वास्ते बैल नूं रिंग करो।